खास पेशकश के बीच मैं हां प्रबंधक सारे इस प्रोग्राम में पूरी कोशिश होती है कि विदेशों में रहने वाले पंजाबियों से संबंधित हर खबर हर सत्र में तुम्हारे तक लेके आइए सो तो शुरू करते हैं एनआरआई वर्ल्ड मनजीत सिंह रत्तू मुमताज शरीफ रत्तू मोहम्मद शरीफ रत्तू वर्गे कई नामों नाल जाने जाते रत्तू नूं आखिरकार पुलिस वालों गिरफ्तार कर लिया गया है पुछगिछ दौरान कई पेट खुलते नजर आ रहे ने रत्तू दे कैनेडियन कनेक्शन बारे गल करांगे साड़ी इस खास पेशकश विच रत्तू दे रास जाने जाने मनजीत सिंह रत्तू नूं बेशक पुलिस वालों गिरफ्तार कर लिया गया ते पुछगिछ जारी है रत्तू वालों कहा जा रहा है कि उस कोल एनआरआई स्टेटस है पर असलियत यह है कि 2009 विच रत्तू नूं कैनेडा तो डिपोर्ट किया गया सी ते उस तो पहला उसने रिफ्यूजी स्टेटस लई अप्लाई भी किया सी जो कि एप्लीकेशन रद्द हो गई सी रत्तू दे कैनेडियन कनेक्शन बारे पेश है एक खास रिपोर्ट कौमांतरी ठग मनजीत सिंह रत्तू ने कई नाम बदल के कैनेडा विच ठगियां मारियां रत्तू दो बार कनाडा आया पहला साल 1997 विच अते साल 1999 विच रत्तू ने मुमताज शरीफ रत्तू दे नाम तो रिफ्यूजी स्टेटस लई अप्लाई किया पर 2 नवंबर 1999 नूं ओदी एप्लीकेशन रद्द कर दित्ती गई कनाडा विच छपदे पंजाबी वीकली खबरनामा दे चीफ एडिटर बलराज ग्योल ने पीटीसी पंजाबी नूं दस्तावेज दिखाए जो सबूत ने रिफ्यूजी स्टेटस दी एप्लीकेशन रद्द होण दे पहली बार 1997 विच इत्थे आया ਔਰ ਮੋਂਟਰੀਅਲ ਵਿੱਚ ਉਹਨੇ ਰਿਫਿਊਜੀ ਕਿਹਾ ਕੇਸ ਵਾਸਤੇ ਅਪਲਾਈ ਕੀਤਾ ਪੋਲੀਟੀਕਲ ਸਟੇ ਵੀਜ਼ਮ ਕਰਨ ਲਈ ਯੂਐਸਏ ਵਗੈਰਾ 'ਚ ਔਰ ਇਹ ਜੋ ਡਾਕੂਮੈਂਟ ਆ ਮੇਰੇ ਕੋਲ ਇਹਦੇ 'ਤੇ 2 ਨਵੰਬਰ 1999 ਦੀ ਡੇਟ ਆ ਇਹਦੇ ਵਿੱਚ ਇਸਨੇ ਜਿਹੜਾ ਜੋ ਅਪਲਾਈ ਕੀਤਾ ਸੀ ਰਿਫਿਊਜੀ ਸਟੇਟਸ ਲਈ ਉਹ ਮੁਮਤਾਜ ਸ਼ਰੀਫ ਰੱਤੂ ਦੇ ਨਾਂ 'ਤੇ ਇਹਨੇ ਅਪਲਾਈ ਕੀਤਾ ਸੀ ਔਰ ਇਹ 2 ਨਵੰਬਰ 1999 ਨੂੰ ਜਿਹੜਾ ਰਿਫਿਊਜੀ ਕੇਸ ਆ ਮੋਂਟਰੀਅਲ ਵਿੱਚ ਰੱਦ ਕਰ ਦਿੱਤਾ ਗਿਆ ਦੂਜੀ ਵਾਰ 2004-2005 ਵਿੱਚ ਫਿਰ ਰੱਤੂ ਇਲੀਗਲ ਤਰੀਕੇ ਨਾਲ ਕੈਨੇਡਾ ਦਾਖਲ ਹੋਇਆ ਫਿਰ ਸ਼ੁਰੂ ਕਰ ਦਿੱਤਾ ਠੱਗੀਆਂ ਠੋੜੀਆਂ ਦਾ ਸਿਲਸਿਲਾ ਰੱਤੂ ਵੱਲੋਂ ਟੋਰਾਂਟੋ ਵਿੱਚ ਮਾਰੀ ਗਈ ਹਜ਼ਾਰਾਂ ਡਾਲਰਾਂ ਦੀ ਠੱਗੀ ਬਦਲੇ ਗ੍ਰਿਫਤਾਰ ਕਰ ਜੇਲ੍ਹ ਵੀ ਭੇਜਿਆ ਗਿਆ ਨਾ ਹੀ ਰੱਤੂ ਵੱਲੋਂ ਸ਼ੁਰੂ ਕੀਤੀਆਂ ਗਈਆਂ ਅਖ਼ਬਾਰਾਂ ਦੀ ਰਸਮ ਇੱਥੋਂ ਦੀਆਂ ਅਹਿਮ ਸ਼ਖਸੀਅਤਾਂ ਵੱਲੋਂ ਕੀਤੀ ਜਾਂਦੀ ਰਹੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਤਰੀਕੇ ਨਾਲ ਲੋਕਾਂ ਨਾਲ ਸੰਪਰਕ ਬਣਾ ਕੇ ਰੱਖਦਾ ਸੀ ਦੂਜੀ ਵਾਰ ਉਹ ਜਦੋਂ ਆਇਆ ਕੈਨੇਡਾ ਦੇ ਵਿੱਚ ਤੇ ਉਹ ਸਾਡੇ ਕੋਲ ਭਾਵੇਂ ਕੋਈ ਫਰਮ ਡੇਟ ਨਹੀਂ ਪਰ ਉਹ 2004-5 ਵਿੱਚ ਅਮਰੀਕਾ ਵਿੱਚ ਸੀ ਤੇ ਉੱਥੋਂ ਕਾਫੀ ਸ਼ਰਾਰਤਾਂ ਉਹ ਵੱਖ-ਵੱਖ ਕਿਸਮ ਦੇ ਟਾਈਟਲਾਂ ਹੇਠ ਅਖਬਾਰ ਵਗੈਰਾ ਕੱਢ ਕੇ ਕਰਦਾ ਰਹਿੰਦਾ ਸੀ ਇੱਥੇ ਵੀ ਅਖਬਾਰ ਦੀਆਂ ਕਾਪੀਆਂ ਉਹ ਭੇਜਦਾ ਸੀ ਕਈ ਪ੍ਰੈਫਰੈਂਟ ਪ੍ਰੈਸਾਂ ਨਾਲ ਉਹਨੇ ਇੱਥੇ ਵੀ ਹਰਾਫਰੀ ਕੀਤੀ ਯੂਐਸਏ ਵਿੱਚ ਵੀ ਹਰਾਫਰੀ ਕੀਤੀ ਇਸ ਕਰਕੇ ਸਾਨੂੰ ਪਤਾ ਵੀ 2004-5 ਵਿੱਚ ਉੱਥੇ ਸੀ ਸਮਵੇਅਰ ਅਰਾਊਂਡ ਐਂਡ ਆਫ 2005 ਉਹ ਕੈਨੇਡਾ ਵਿੱਚ ਆ ਵੜਿਆ ਬਾਰਡਰ ਟੱਪ ਕੇ ਔਰ ਉਹਨੇ ਅਪ੍ਰੈਲ ਦੇ ਵਿੱਚ ਇੱਥੇ ਆ ਕੇ 2006 ਦੇ ਵਿੱਚ ਖਾਲਸਾ ਸਮਾਚਾਰ ਅਤੇ 2 ਅੰਗਰੇਜ਼ੀ ਦੇ ਇੱਕ ਸਿਟੀਜ਼ਨ ਅਤੇ ਫਾਈਨੈਂਸ਼ੀਅਲ ਟਾਈਮਸ ਮਿਸਿਸ ਅਗਰ ਤੋਂ ਉਹਨੇ 3 ਪੇਪਰ ਅਖਬਾਰ ਉਹਨੇ ਵਿਦਨ ਮੰਥ ਸ਼ੁਰੂ ਕੀਤੇ ਉਸ ਕੇਸ ਦੇ ਵਿੱਚ ਜਦੋਂ ਉਹਨੇ ਇੱਥੇ ਠੱਗੀਆਂ ਮਾਰੀਆਂ ਕੁਛ ਬਿਜ਼ਨਸਮੈਨਾਂ ਨਾਲ ਅਤੇ ਜਦੋਂ ਠੱਗੀਆਂ ਸਾਹਮਣੇ ਆ ਗਈਆਂ ਤਾਂ ਪੁਲਿਸ ਨੇ ਉਹਨੂੰ 12 ਮਈ 2006 ਨੂੰ ਗ੍ਰਿਫਤਾਰ ਕਰ ਲਿਆ ਫਿਰ ਉਹਦੇ 'ਤੇ ਕਾਫੀ ਸਾਰੇ ਕੇਸ ਚੱਲੇ ਫਰੋਡ ਦੇ ਉਹਨੂੰ ਕੈਲਗਰੀ ਵੀ ਲਿਜਾਇਆ ਗਿਆ ਜਿੱਥੇ ਕੁਛ ਪਹਿਲਾਂ ਉਹਨੇ ਪਹਿਲਾਂ ਫਰੋਡ ਕਰ ਚੁੱਕਾ ਸੀ ਇਸ ਤੋਂ ਇਲਾਵਾ ਤਾਰਾ ਸਿੰਘ ਸਰਦਾਰ ਤਾਰਾ ਸਿੰਘ ਇੰਡੋ ਕੈਨੇਡੀਅਨ ਟਾਈਮ ਦੇ ਮਰਡਰ ਦੇ ਕੇਸ ਵਿੱਚ ਵੀ ਉਹਦੀ ਇਨਵੈਸਟੀਗੇਸ਼ਨ ਹੋਈ ਔਰ ਇਹ ਲੰਬਾ ਸਮਾਂ ਇਹ ਜੇਲ੍ਹ ਦੇ ਵਿੱਚ ਰਿਹਾ ਔਰ ਇੱਥੋਂ ਜਨਵਰੀ 2009 ਦੇ ਵਿੱਚ ਰਿਪੋਰਟ ਕੀਤਾ ਗਿਆ ਇਸ ਸ਼ਖਸ ਦੀ ਭੂਮਿਕਾ ਹਮੇਸ਼ਾ ਸ਼ੱਕੀ ਰਹੀ ਹੈ ਉਸਨੇ ਹਮੇਸ਼ਾ ਆਪਣੀਆਂ ਗਤੀਵਿਧੀਆਂ ਨਾਲ ਸਮੁੱਚੇ ਵਿਸ਼ਵ ਵਿੱਚ ਪੰਜਾਬੀ ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ਿਕਰਯੋਗ ਹੈ ਕਿ ਬਹਿਰੂਬੀਏ ਮਨਜੀਤ ਸਿੰਘ ਰੱਤੂ ਨੂੰ ਕੈਨੇਡਾ ਵਿੱਚ ਪੌਣੇ 3 ਸਾਲ ਹਿਰਾਸਤ ਵਿੱਚ ਰੱਖਣ ਪਿੱਛੋਂ ਭਾਰਤ ਵਿੱਚ ਰਿਪੋਰਟ ਕਰ ਦਿੱਤਾ ਗਿਆ ਸੀ ਕੈਮਰਾਮੈਨ ਮਨਜੀਤ ਕੋੜੇ ਦੇ ਨਾਲ ਰੁਪਿੰਦਰ ਕੌਰ ਪੀਟੀਸੀ ਨਿਊਜ਼ ਟੋਰਾਂਟੋ ਕੈਨੇਡਾ ਰੱਤੂ ਦੀ ਗ੍ਰਿਫਤਾਰੀ ਤੋਂ ਬਾਅਦ ਧੋਖਾਧੜੀ ਦੇ ਕਈ ਮਾਮਲੇ ਖੁੱਲ੍ਹਦੇ ਜਾ ਰਹੇ ਨੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਬੈਠੇ ਲੋਕ ਰੱਤੂ ਦੀ ਧੋਖਾਧੜੀ ਦੇ ਸ਼ਿਕਾਰ ਹੋਏ ਜੇਕਰ ਕੈਨੇਡਾ ਦੀ ਕਰੀਏ ਤਾਂ ਇੱਥੇ ਵੀ ਲਿਸਟ ਕਾਫੀ ਲੰਬੀ ਹੈ ਕੈਨੇਡਾ ਦੇ ਕੁਝ ਪੀੜਤਾਂ ਨੇ ਆਪਣੀ ਦਾਸਤਾਨ ਪੀਟੀਸੀ ਪੰਜਾਬੀ ਨਾਲ ਸਾਂਝੀ ਕੀਤੀ ਇਹ ਨੇ ਕੈਨੇਡਾ ਨਿਵਾਸੀ ਮੋਹਨ ਰੈਡੀ ਜੋ ਕੁਝ ਸਾਲ ਪਹਿਲਾਂ ਮਿਸੀਸਾਗਾ ਵਿੱਚ ਨੈਕਸਟ ਜਨ ਕੰਪਿਊਟਰਸ ਇੰਕ ਦੇ ਨਾਮ ਨਾਲ ਕੰਪਿਊਟਰ ਸਟੋਰ ਚਲਾਉਂਦੇ ਸਨ ਇਹ ਵੀ ਸ਼ਿਕਾਰ ਹੋਏ ਮਨਜੀਤ ਰੱਤੂ ਦੀ ਧੋਖਾਧੜੀ ਦੇ
ਮਨਜੀਤ ਰੱਤੂ ਨੇ ਆਪਣੇ ਇੱਕ ਅਖਬਾਰ ਦੇ ਦਫ਼ਤਰ ਵਾਸਤੇ ਕੰਪਿਊਟਰ ਇੰਸਟਾਲ ਕਰਨ ਲਈ ਵਿਰਦੀ ਨਾਲ ਡੀਲ ਕੀਤੀ ਤੇ ਫਿਰ ਲਗਾਇਆ $35,000 ਦਾ ਚੂਨਾ। ਜਦੋਂ ਮੋਹਨ ਵਿਰਦੀ ਨੂੰ ਇਸ ਦੀ ਭਨਕ ਲੱਗੀ ਤਾਂ ਉਹਨਾਂ ਪੁਲਿਸ ਵਿੱਚ ਕੇਸ ਦਰਜ ਕੀਤਾ ਜਿਸ ਲਈ ਰੱਤੂ ਨੂੰ ਕੁਝ ਸਮਾਂ ਜੇਲ੍ਹ ਵੀ ਹੋਈ। ਇਹ ਨੇ ਉਹ ਦਸਤਾਵੇਜ਼ ਜੋ ਇਸ ਕੇਸ ਦੀ ਸੱਚਾਈ ਬਿਆਨ ਕਰ ਰਹੇ ਨੇ। ਮੈਂ ਪੇਪਰ ਕੱਢਣਾ ਹੈਗਾ ਤੇ ਮੇਰਾ ਪੇਪਰ ਦਾ ਨਾਂ ਹੈਗਾ ਬਰਤਾਨੀਆ 405 ਬਰਤਾਨੀਆ ਰੋਡ ਦਾ ਐਡਰੈਸ ਹੈਗਾ ਜਿਹੜਾ ਕਿ ਐਮਬੀਸੀ ਸਾਗਰ ਵਿੱਚ ਲੋਕੇਟਡ ਹੈਗਾ। ਇੱਕ ਵੀਕ ਦੇ ਵਿੱਚ ਅਸੀਂ ਉੱਥੇ ਉਹ 5 ਕੰਪਿਊਟਰ ਸੈਟਅਪ ਕਰ ਦਿੱਤੇ ਅਤੇ ਜਿਹੜਾ ਉਹ ਆਫਿਸ ਸੀਗਾ ਵੀ ਉਹ ਵੀ ਵੈਰੀ ਪ੍ਰੋਫੈਸ਼ਨਲੀ ਡਨ। ਜਦ ਇਹ ਚੈੱਕ ਦਿੱਤਾ ਉਸ ਤੋਂ ਬਾਅਦ ਮੇਰੀ ਥੋੜ੍ਹੀ ਜਿਹੀ ਸਸਪੀਸ਼ੀਅਸ ਹੋ ਗਿਆ ਵੀ ਸਮਥਿੰਗ ਹੈਗਾ ਅਤੇ ਸੀਰੀਅਸ ਹੈਗਾ ਅਤੇ ਠੀਕ ਨਹੀਂ ਹੈਗਾ। ਉਸ ਤੋਂ ਬਾਅਦ ਜਿਹੜਾ ਕਿ ਟੋਟਲ ਮੇਰਾ ਖਰਚਾ ਸੀਗਾ ਉਹ $35,000 ਦਾ ਮੇਰਾ ਕੰਪਿਊਟਰ ਨੇ ਮੇਰੇ ਤੋਂ ਲਿਆ। ਬਾਕੀ ਜਿਹੜਾ ਸਮਾਨ ਵਾਪਸ ਆਇਆ ਉਹਦੇ ਵਿੱਚ ਵੀ ਹਾਲੇ $15,000 ਦਾ ਮੈਨੂੰ ਉਹਦੇ ਵਿੱਚੋਂ ਨੁਕਸਾਨ ਹੋਇਆ ਹੈਗਾ। ਅਤੇ ਜਦ ਚੈੱਕ ਬਾਊਂਸ ਹੋਣ ਤੋਂ ਬਾਅਦ ਮੈਂ ਇਹਨਾਂ ਦਾ ਪੁਲਿਸ ਵਾਲਿਆਂ ਨੂੰ ਰਿਪੋਰਟ ਲਗਾਏ ਵੀ ਆ ਫਰੋਡ ਦਾ ਜੇ ਕੇਸ ਹੈਗਾ। ਉਹ ਕਾਫੀ ਮਿਹਨਤ ਕਰਨ ਤੋਂ ਬਾਅਦ ਉਹਨੇ ਕੇਸ ਦਰਜ ਕੀਤਾ। ਇਹ ਨੇ ਕੈਨੇਡਾ ਵਿੱਚ ਛਪਦੇ ਅਜੀਤ ਵੀਕਲੀ ਦੇ ਸੀਈਓ ਦਰਸ਼ਨ ਸਿੰਘ, ਜਿਨ੍ਹਾਂ ਨਾਲ ਮਨਜੀਤ ਰੱਤੂ ਨੇ ਏਐਸ ਸੰਧੂ ਬਣ ਕੇ ਠੱਗੀ ਮਾਰੀ। ਕਿਵੇਂ ਸੁਣਦੇ ਹਾਂ ਇਹਨਾਂ ਦੀ ਜ਼ੁਬਾਨੀ। 2004 ਦਸੰਬਰ 'ਚ, ਦਸੰਬਰ ਦੇ ਲਾਸਟ ਦਿਨਾਂ 'ਚ ਇਹ ਜਿਹੜੀ ਵੈਬਸਾਈਟ ਹੈ ਹੈਕ ਹੋ ਗਈ ਸੀ। ਲੇਕਿਨ ਉਸ ਵੇਲੇ ਸਾਨੂੰ ਇਹ ਸ਼ੱਕ ਨਹੀਂ ਪਿਆ ਕਿ ਮਨਜੀਤ ਰੱਤੂ ਨੇ ਹੈਕ ਕੀਤੀ ਹੈ। ਲੇਕਿਨ ਉਹਦੇ ਤੋਂ ਬਾਅਦ ਜਦੋਂ ਹੋਰ ਕੁਝ ਕਾਗਜ਼ਾਤ ਸਾਹਮਣੇ ਆਏ ਜਿਹਦੇ 'ਚ ਉਹਦਾ ਇੱਕ ਨਾਂ ਹੋਰ ਜਿਹੜਾ ਕਿ ਡਾਕਟਰ ਏਐਸ ਸੰਧੂ ਹੈ, ਅਤੇ ਜਿਹੜਾ ਉਹ ਦੱਸਦਾ ਹੁੰਦਾ ਸੀਗਾ ਕਿ ਉਹ ਨਿਊਯਾਰਕ ਤੋਂ ਡੇਲੀ ਇਮੀਗ੍ਰੈਂਟ ਕੱਢਦਾ ਅਖਬਾਰ, ਜਿਹੜੀ ਕਿ ਅਸੀਂ ਬਾਅਦ 'ਚ ਵੈਰੀਫਾਈ ਕੀਤੀ ਕਿ ਇਸ ਨਾਂ ਦੀ ਕੋਈ ਅਖਬਾਰ ਨਹੀਂ ਗੀ। ਤਾਂ ਉਸ ਤੋਂ ਸਾਨੂੰ ਬਾਅਦ 'ਚ ਸ਼ੱਕ ਪਿਆ ਕਿਉਂਕਿ ਇਹਨੇ ਇੱਕ ਜਾਅਲੀ ਫੈਕਸ ਭੇਜ ਕੇ ਸਾਡੇ 'ਤੇ ਕੇਸ ਦਰਜ ਕਰਾ ਦਿੱਤਾ ਜਲੰਧਰ। ਤਾਂ ਉਹਦੇ 'ਚ ਇਹ ਜਿਹੜਾ ਕੇਸ ਹੈ ਏਐਸ ਡਾਕਟਰ ਏਐਸ ਸੰਧੂ ਦੇ ਨਾਂ 'ਤੇ ਇਹ ਦਰਜ ਕੀਤਾ ਗਿਆ ਸੀ। ਨੌਸ਼ਰਬਾਸ ਪੱਤਰਕਾਰ ਮਨਜੀਤ ਰੱਤੂ ਹੁਣ ਤੱਕ ਜਿਹੜੇ ਵੀ ਦੇਸ਼ ਗਿਆ ਉੱਥੇ ਉਸਨੇ ਲੋਕਾਂ ਨਾਲ ਠੱਗੀਆਂ ਮਾਰੀਆਂ। ਮਨਜੀਤ ਰੱਤੂ ਦੀ ਗ੍ਰਿਫਤਾਰੀ ਨਾਲ ਜਿੱਥੇ ਕਈ ਮਾਮਲਿਆਂ ਦੇ ਭੇਦ ਖੁੱਲ੍ਹਦੇ ਨਜ਼ਰ ਆ ਰਹੇ ਨੇ, ਉੱਥੇ ਹੀ ਦੇਸ਼ ਵਿਦੇਸ਼ ਤੋਂ ਕਈ ਅਜਿਹੇ ਲੋਕ ਸਾਹਮਣੇ ਆ ਰਹੇ ਨੇ ਜੋ ਕਿਸੇ ਨਾ ਕਿਸੇ ਤਰੀਕੇ ਰੱਤੂ ਦੀ ਧੋਖਾਧੜੀ ਦੇ ਸ਼ਿਕਾਰ ਹੋਏ। ਕੈਮਰਾਮੈਨ ਮਨਜੀਤ ਕੋਲੇ ਦੇ ਨਾਲ ਰੁਪਿੰਦਰ ਕੌਰ, ਪੀਡੀਸੀ ਨਿਊਜ਼, ਟੋਰਾਂਟੋ, ਕੈਨੇਡਾ। ਇਹ ਲਿਸਟ ਇੱਥੇ ਹੀ ਖਤਮ ਨਹੀਂ ਹੁੰਦੀ। ਕੈਨੇਡਾ ਤੋਂ ਇਲਾਵਾ ਅਮਰੀਕਾ ਵਿੱਚ ਵੀ ਵਸਦੇ ਲੋਕ ਰੱਤੂ ਦੀ ਧੋਖਾਧੜੀ ਦੇ ਸ਼ਿਕਾਰ ਹੋਏ। ਰੱਤੂ ਦੇ ਹਰ ਕੇਸ ਵਿੱਚ ਇੱਕ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਹੈ ਕਿ ਉਸਨੇ ਜਿੱਥੇ ਵੀ ਗਿਆ ਇੱਕ ਨਿਊਜ਼ਪੇਪਰ ਜ਼ਰੂਰ ਸ਼ੁਰੂ ਕੀਤਾ। ਮਨਜੀਤ ਸਿੰਘ ਰੱਤੂ ਇੱਕ ਅਜਿਹਾ ਨਾਮ ਜਿਸਨੇ ਪੰਜਾਬ ਤੋਂ ਲੈ ਕੇ ਕੈਨੇਡਾ ਤੇ ਅਮਰੀਕਾ ਤੱਕ ਠੱਗੀ ਦਾ ਅਜਿਹਾ ਮੱਕੜ ਜਾਲ ਬੁਣਿਆ ਕਿ ਮੁੜ ਉਸ ਵਿੱਚ ਉਲਝ ਕੇ ਰਹਿ ਗਿਆ। ਇਸ ਸ਼ਖਸ ਦੇ ਜਿੰਨੇ ਚਿਹਰੇ ਓਨੇ ਹੀ ਨਾਮ ਤੇ ਉਸ ਤੋਂ ਕਈ ਗੁਣਾ ਜ਼ਿਆਦਾ ਉਸ ਦੀਆਂ ਕਾਲੀਆਂ ਕਰਤੂਤਾਂ। ਇਹ ਸ਼ਖਸ ਜਿੱਥੇ ਵੀ ਗਿਆ ਇਸਨੇ ਆਪਣਾ ਅਖਬਾਰ ਜ਼ਰੂਰ ਸ਼ੁਰੂ ਕੀਤਾ ਕਿਉਂਕਿ ਇਹ ਇਸ ਦੇ ਲਈ ਇੱਕ ਸੌਖਾ ਜ਼ਰੀਆ ਸੀ ਲੋਕਾਂ ਨੂੰ ਧਮਕਾਉਣ ਦੇ ਲਈ ਅਤੇ ਉਹਨਾਂ ਨੂੰ ਬਲੈਕਮੇਲ ਕਰਨ ਦੇ ਲਈ। ਅਜਿਹੀ ਹੀ ਧੋਖਾਧੜੀ ਦੇ ਸ਼ਿਕਾਰ ਹੋਏ ਮੈਨਹੈਟਨ ਨਿਵਾਸੀ ਗੁਰਦਿਆਲ ਸਿੰਘ। ਆਖਿਰ ਕਿਸ ਤਰ੍ਹਾਂ ਸੁਣਦੇ ਹਾਂ ਇਹਨਾਂ ਦੀ ਹੀ ਜ਼ੁਬਾਨੀ। ਰਤੂ ਸਾਡੇ ਕੋਲ ਆਇਆ ਸੀ ਸਾਨੂੰ ਕੁਝ ਸਪੋਰਟ ਕਰਨ ਵਾਸਤੇ, ਪਰ ਸਾਡੇ ਉਹਦੇ ਅੰਦਰੋਂ ਉਹ ਸ਼ੈਤਾਨ ਸੀ, ਸਾਡੇ ਨਾਲ ਹੇਰਾਫੇਰੀ ਕਰਨੀ ਚਾਹੁੰਦਾ ਸੀ। ਉਹ ਸਾਨੂੰ ਡਰਾ ਧਮਕਾ ਕੇ ਮੀਡੀਏ ਦੇ ਵਿੱਚ ਸਾਡੀਆਂ ਗਲਤ ਖਬਰਾਂ ਲਾ ਕੇ ਸਾਤੋਂ ਪੈਸੇ ਲੈਣੇ ਚਾਹੁੰਦਾ ਸੀ। ਜਿਹੜੇ ਉਹਦੇ ਗੱਲਾਂ 'ਚ ਆ ਗਏ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦਿੱਤੇ। ਰੱਤੂ ਦੇ ਕਾਲੇ ਕਾਰਨਾਮਿਆਂ ਦੀ ਦਾਸਤਾਨ ਇੱਥੇ ਹੀ ਖਤਮ ਨਹੀਂ ਹੁੰਦੀ। ਰੱਤੂ ਨੂੰ ਸ਼ਾਇਦ ਇਹ ਵੀ ਯਾਦ ਨਾ ਹੋਵੇ ਕਿ ਆਖਿਰ ਉਹ ਕਿੰਨੇ ਲੋਕਾਂ ਨਾਲ ਠੱਗੀ ਮਾਰ ਚੁੱਕਾ ਹੈ। ਜਿਸ ਦੀ ਹਰ ਗੱਲ 'ਚ ਧੋਖਾ, ਹਰ ਚਾਲ 'ਚ ਪਾਪ ਤੇ ਹਰ ਕੰਮ 'ਚ ਠੱਗੀ ਹੋਵੇ ਉਸ ਦਾ ਨਾਮ ਹੈ ਮਨਜੀਤ ਰੱਤੂ। ਪਰ ਉਧਰ ਸਥਾਨਕ ਲੋਕਾਂ ਮੁਤਾਬਕ ਇਹ ਕਿਸੇ ਇੱਕ ਸ਼ਖਸ ਦਾ ਕੰਮ ਨਹੀਂ ਹੋ ਸਕਦਾ, ਇਸ ਦੇ ਤਾਰ ਹੋਰ ਦੂਰ ਦੂਰ ਤੱਕ ਹੋ ਸਕਦੇ ਨੇ। ਅਖਬਾਰ ਨੂੰ ਇੱਕ ਹਥਿਆਰ ਬਣਾ ਕੇ ਭਾਈਚਾਰੇ ਦੇ ਵਿੱਚ ਕੜੱਤਣ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਤੇ ਜਿੰਨੀ ਕੁ ਜਾਣਕਾਰੀ ਉਹ ਵਿੱਚ ਲਿਖ ਰਿਹਾ ਕਿ ਜਿਹਦੇ ਵਿੱਚ ਕੁਛ ਗੁਰਦੁਆਰਾ ਸਾਹਿਬਾਨ ਕਮੇਟੀਆਂ ਦੇ ਮੈਂਬਰਾਂ ਨੂੰ ਉਹਨਾਂ ਦੇ ਜਿਹੜੇ ਬੈਕਗਰਾਉਂਡ ਆ ਉਹਨਾਂ ਦੀ ਪਰਸਨਲ ਜ਼ਿੰਦਗੀ ਆ ਜਿਹਦੇ ਵਿੱਚ ਉਹਨਾਂ ਦੀਆਂ ਘਰ ਦੇ ਪਰਿਵਾਰ ਦੇ ਜੀਆਂ ਦੀਆਂ ਗੱਲਾਂ ਤੱਕਰ ਉਹ ਪਹੁੰਚਿਆ ਉਹ ਇਕੱਲਾ ਬੰਦਾ ਨਹੀਂ ਪਹੁੰਚ ਸਕਦਾ ਕੈਸ਼ ਮੀ ਇਫ ਯੂ ਕੈਨ ਸਟਾਈਲ ਹੈ ਰਤੂ ਦਾ ਐਸੇ ਚੈੱਕ ਬਾਉਂਸ ਹੋਣਾ ਪੈਸੇ ਲੈ ਕੇ ਨਾ ਮੋੜਨਾ ਅਖਬਾਰ ਸ਼ੁਰੂ ਕਰ ਵੱਡੇ ਵੱਡੇ ਦਾਅਵੇ ਕਰਨਾ ਤੇ ਲੋਕਾਂ ਨੂੰ ਬਲੈਕਮੇਲ ਕਰ ਦੂਜੇ ਦੇਸ਼ ਭੱਜ ਜਾਣਾ ਇਸ ਦੀ ਖਾਸੀਅਤ ਰਹੀ ਹੈ ਅੱਜ ਉਹ ਜਿਹੜਾ ਹੈ ਕਾਨੂੰਨ ਦੀ ਕ੍ਰਿਸ ਦੇ ਵਿੱਚ ਹੈ ਕਿ ਜਿਹੜੇ ਲੋਕ ਵੀ ਉਸ ਦੇ ਨਾਲ ਇਨਵੋਲਵ ਨੇ ਜਿਹੜੇ ਵੀ ਉਹਨਾਂ ਨੂੰ ਪਿੱਛੇ ਬੈਕ ਦਿੰਦੇ ਉਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦਿਆਂ ਹੋਣੀ ਚਾਹੀਦੀ ਹੈ ਤਾਂ ਕਿ ਜਿਹਨਾਂ ਲੋਕਾਂ ਨੂੰ ਉਸ ਵਕਤ ਜਿਹਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਜਿਹਨਾਂ ਦੀਆਂ ਸ਼ਹੀਦਾਂ ਨੂੰ ਠੇਸ ਪਹੁੰਚੀ ਹੈ ਜਿਹਨਾਂ ਗੁਰੂ ਘਰਾਂ ਜਿਵੇਂ ਕਿ ਸਾਡੇ ਗੁਰੂ ਘਰ ਸ਼੍ਰੀ ਗੁਰੂ ਨਾਨਕ ਗੁਰੂ ਘਰ ਦੇ ਵਿੱਚ ਉਸ ਵਕਤ ਸ਼ਾਂਤੀ ਜਿਹੜੀ ਉਹ ਸ਼ਾਂਤੀ ਦੇ ਵਿੱਚ ਬਦਲੀ ਹੈ ਤਾਂ ਕਿ ਉਹਨਾਂ ਨੂੰ ਵੀ ਕੁਛ ਜਿਹੜਾ ਹੈ ਉਹ ਸ਼ਾਂਤੀ ਮਿਲ ਸਕੇ ਮਨਜੀਤ ਰਤੂ ਪੁਰਾਣੇ ਦੌਰ ਦਾ ਠੱਗ ਹੈ ਤੇ ਤਕਨੀਕ ਦੇ ਬਦਲਦੇ ਦੌਰ 'ਚ ਆਪਣੇ ਆਪ ਨੂੰ ਅਪਡੇਟ ਨਹੀਂ ਕਰ ਸਕਿਆ ਜੋ ਕਿ ਕਿਤੇ ਨਾ ਕਿਤੇ ਉਸਦੀ ਗ੍ਰਿਫਤਾਰੀ ਦਾ ਕਾਰਨ ਬਣਿਆ ਬੇਸ਼ੱਕ ਇਹਨਾਂ ਲੋਕਾਂ ਦਾ ਪੈਸਾ ਤਾਂ ਚਾਹੇ ਵਾਪਸ ਨਾ ਮੁੜੇ ਪਰ ਰਤੂ ਦੀ ਗ੍ਰਿਫਤਾਰੀ ਨਾਲ ਕੁਝ ਹੋਰ ਬੇਕਸੂਰ ਇਸਦਾ ਸ਼ਿਕਾਰ ਹੋਣੋਂ ਜ਼ਰੂਰ ਬਚ ਗਏ ਨੇ ਨਿਊਜ਼ ਡੈਸਕ ਤੋਂ ਪ੍ਰਿਯੰਕਾ ਗੁਲਾਟੀ ਦੇ ਨਾਲ ਜਸਵਿੰਦਰ ਸਿੰਘ ਟੀਵੀਸੀ ਨਿਊਜ਼ ਨਿਊਯਾਰਕ ਫਿਲਹਾਲ ਸਮਾਂ ਹੋ ਗਿਆ ਹੈ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਸਾਡਾ ਇਹ ਸਭ ਦਾ